ओहो, अज की कर रही हैं? अज मैं इहो जी चीज दसन जा रही हाँ जिदे तो जिहड़ी यूज करके कैंसर नां दी भयानक बीमारी तो बचिया जा सकदा है। अच्छा, एडी हाँ वड्डी जी गल हो गई। हाँ जी हल्दी दा, हल्दी आपां बिना तेल तों? हाँ जी आपां बिना तेल तो जिहड़ी कि हल्दी यूज करांगे ते आपां इक फ्राई पैन लै लिया ते उहदे च आपां पाती आ हल्दी ते हुण आपां हल्दी नूं इहदे च भुन्नांगे जानी कि इहदा कलर जिन्ना चिर ब्लैक नहीं हुंदा उन्ना टाइम आपां इहनूं भुन्नदे रहांगे। अच्छा, इहदे नाल यार की बन जूगा? मैनूं तां समझ तों बाहर हो गया भी हल्दी सिद्धी भुन्नी जाने आपां। इन्ना तां सुनिया सीगा भी हल्दी चंगी बहुत हुंदी है कैंसर वर्गियां बीमारियां तों, हाँ आपां जी बचाउंदी है, ते पर इहनूं यूज कैवें करना है उहदे बारे नहीं सी इन्ना पता। ਉਦਾਂ ਤਾਂ ਆਪਾਂ ਯੂਜ਼ ਕਰਦੇ ਹਾਂ ਇਹਨੂੰ ਖਾਣ ਦੇ ਵਿੱਚ ਪਰ ਆਪਾਂ ਅੱਜ ਇਹਨੂੰ ਖਾਣ 'ਚ ਯੂਜ਼ ਨਹੀਂ ਕਰਾਂਗੇ ਇਹਦਾ ਅਲੱਗ ਤੋਂ ਆਪਾਂ ਪ੍ਰਯੋਗ ਕਰਾਂਗੇ ਜਿਹਦੇ ਨਾਲ ਆਪਾਂ ਕੈਂਸਰ ਨਾਂ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਚਲੋ, ਇਹਦਾ ਵੈਸੇ ਬਣਾਉਣ ਕੀ ਲੱਗੇ ਆਪਾਂ? ਇਹਦਾ ਆਪਾਂ ਬਣਾਉਣ ਲੱਗੇ ਹਾਂ ਜੀ ਹੇਅਰ ਡਾਈ। ਅੱਛਾ, ਹਾਂ ਜੀ ਆਹ ਦੇਖੋ ਕਲਰ ਹੈ ਜਿਹੜਾ ਅੱਗੇ ਨਾਲੋਂ ਚੇਂਜ ਹੋ ਗਿਆ ਹਲਦੀ ਦਾ ਪਰ ਇਹਨੂੂੰ ਆਪਾਂ ਪੂਰਾ ਬਲੈਕ ਪਾਊਡਰ ਦੀ ਤਰ੍ਹਾਂ ਬਣਾ ਲਾਂਗੇ ਜਦੋਂ ਜਿੰਨਾ ਚਿਰ ਬਲੈਕ ਕਲਰ ਨਹੀਂ ਹੁੰਦਾ ਉਨਾ ਚਿਰ ਆਪਾਂ ਇਹਨੂੰ ਇਦਾਂ ਹੀ ਪਕਾਈ ਜਾਵਾਂਗੇ। ਅੱਛਾ, ਇਹਦਾ ਹੁਣ ਘਰੇ ਆਪਾਂ ਹੇਅਰ ਡਾਈ ਵੀ ਬਣਾ ਸਕਦੇ ਹਾਂ। ਹਾਂਜੀ ਆਪਾਂ ਇਹਦੀ ਹੇਅਰ ਡਾਈ ਬਣਾਵਾਂਗੇ ਤੇ ਜਿਵੇਂ ਹੁਣ ਆਪਾਂ ਬਾਜ਼ਾਰੋਂ ਹਨਾ ਕੈਮੀਕਲਸ ਵਾਲੀਆਂ ਹੁੰਦੀਆਂ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਉਹਨਾਂ ਡਾਈਜ਼ ਦੇ ਵਿੱਚ ਤੇ ਜਿੱਦਾਂ ਆਪਾਂ ਯੂਜ਼ ਕਰਦੇ ਹਾਂ ਤਾਂ ਆਪਾਂ ਨੂੰ ਅੱਖਾਂ 'ਤੇ ਵੀ ਇਫੈਕਟ ਪੈਂਦਾ ਅੱਖਾਂ ਦੀ ਆਈ ਸ਼ੈਡ ਵੀ ਆਪਣੀ ਵੀਕ ਹੁੰਦੀ ਹੈ ਜਿਹੜੇ ਆਪਾਂ ਕੈਮੀਕਲ ਵਾਲੀ ਡਾਈ ਯੂਜ਼ ਕਰਦੇ ਹਾਂ ਪਰ ਇਹ ਜਿਹੜੀ ਹੈ ਨੈਚੁਰਲ ਤਰੀਕੇ ਨਾਲ ਬਣੂਗੀ ਡਾਈ। ਕਮਾਲ ਹੋ ਗਈ, ਇਹ ਕਿੱਥੋਂ ਟ੍ਰਿਕ ਦੇਖੀ ਆ? ਬਸ ਜੀ ਤੁਹਾਨੂੰ ਲਗਭਗ ਇਹ ਹੈ ਜਿਹੜਾ ਕਿ ਇਹਦਾ ਬਲੈਕ ਕਲਰ ਆ ਚੁੱਕਿਆ ਹੈ। ਦੋਸਤੋ, ਤੁਸੀਂ ਘਰੇ ਸਿੱਖੋ ਹੇਅਰ ਡਾਈ ਕਿੱਦਾਂ ਬਣਦੀ ਆ, ਇਸ ਤੋਂ ਅਗਲਾ ਪ੍ਰੋਸੈਸ ਕੀ ਆ ਉਹ ਵੀ ਦੱਸੂਗੀ ਪਵਨ ਹੁਣ ਤੁਹਾਨੂੰ। ਹੁਣ ਆਪਾਂ ਇਹਨੂੰ ਇੱਕ ਕੌਲੀ 'ਚ ਕੱਢ ਲਾਂਗੇ ਅਰੇ, ਇਹ ਤਾਂ ਬਹੁਤ ਵਧੀਆ ਟ੍ਰਿਕ ਆ ਜੇ, ਕਿਉਂਕਿ ਕਿੰਨੇ ਲੋਕਾਂ ਦੇ ਵਾਲ ਕਾਲੇ। ਹਾਂਜੀ ਅੱਜ ਕੱਲ੍ਹ ਤਾਂ ਨੋਰਮਲ ਗੱਲ ਹੀ ਹੈ ਵਾਲ ਚਿੱਟੇ ਹੋਣੇ ਤਾਂ ਸਭ ਦੇ ਹਾਂ, ਤੇ ਇੱਕ ਹੁਣ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਵੀ ਜਿਹੜੀ ਇਹ ਡਾਈ ਬਣੂਗੀ ਇਹ ਕਿਹਨੇ ਯੂਜ਼ ਕਰਨੀ ਆ ਇਹ ਉਹਨਾਂ ਨੇ ਯੂਜ਼ ਕਰਨੀ ਆ ਜਿਨ੍ਹਾਂ ਦੇ ਹਜੇ ਸਟਾਰਟਿੰਗ ਹੈ। ਹੁਣ ਆਪਾਂ ਇਹਨੂੰ ਕੀ ਛਾਣ ਲਾਂਗੇ ਛਾਨਣੀ 'ਚ। ਅੱਛਾ, ਹਾਂਜੀ ਕਿਉਂਕਿ ਜੇ ਇਹਦੇ ਵਿੱਚ ਡਲੀਆਂ ਜਾਂ ਬੱਝੀਆਂ ਹੋਣਗੀਆਂ ਉਹ ਚੰਗੀ ਤਰ੍ਹਾਂ ਹੋਰ ਜਾਣਗੀਆਂ। ਹੋਰ ਜਾਣ ਤੇ ਇਸ ਤੋਂ ਬਾਅਦ ਕੀ ਕਰਨਾ ਇਹਦਾ? ਹੁਣ ਆਪਾਂ ਇਹਦੇ ਵਿੱਚ ਹੈ ਕਿ ਵਿਟਾਮਿਨ ਈ ਦਾ ਇੱਕ ਕੈਪਸੂਲ ਪਾਵਾਂਗੇ। ਅੱਛਾ, ਹਾਂਜੀ ਤੇ ਇਹਦੇ 'ਚ ਆਪਾਂ ਥੋੜ੍ਹਾ ਜਿਹਾ ਆਲਮੰਡ ਆਇਲ ਪਾਵਾਂਗੇ। ਠੀਕ ਆ। ਹਾਂਜੀ ਜਿਹੜਾ ਇਹਦਾ ਪੇਸਟ ਬਣਾਉਣਾ ਆਪਾਂ ਮਤਲਬ ਕਿ ਗਾੜਾ ਹੀ ਹੋਣਾ ਚਾਹੀਦਾ ਪਤਲਾ ਨਹੀਂ ਹੋਣਾ ਚਾਹੀਦਾ ਗਾ ਕਿਉਂਕਿ ਜਿੰਨਾ ਜ਼ਿਆਦਾ ਇਹ ਪਤਲਾ ਹੋਊਗਾ ਉਨਾ ਹੀ ਜਿਹੜਾ ਕਿ ਇਹਦੇ 'ਚ ਅਸਰ ਵੀ ਘੱਟ ਹੋਊਗਾ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ। ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਐਲੋਵੀਰਾ ਜੈੱਲ ਪਾਵਾਂਗੇ ਤੁਸੀਂ ਚਾਹੋ ਤਾਂ ਘਰ ਵਾਲੀ ਨੈਚੁਰਲ ਇਹਦਾ ਐਲੋਵੀਰਾ ਰਿਜ਼ਲਟ ਜੈੱਲ। ਕਿੰਨੇ ਕਿੰਨੇ ਕੁ ਦਿਨਾਂ ਤੱਕ ਆਉਣ ਲੱਗ ਜਾਂਦਾ ਪਵਨ? ਬਸ ਜਦੋਂ ਤੁਸੀਂ ਯੂਜ਼ ਕਰੋਗੇ ਉਦੋਂ ਬਾਅਦ ਜਿੱਦਾਂ ਆਪਾਂ ਕਲਰ ਵਗੈਰਾ ਯੂਜ਼ ਕਰਦੇ ਹਾਂ ਰਿਜ਼ਲਟ ਆ ਜਾਂਦਾ ਉਦਾਂ ਹੀ ਇਹਦਾ ਰਿਜ਼ਲਟ ਆਉਣਾ ਹੀ ਅੱਛਾ, ਹੈ। ਵੀ ਤੁਰਤ ਫੁਰਤ ਆ ਜਾਊਗਾ? ਹਾਂਜੀ ਠੀਕ ਆ ਜਿੱਦਾਂ ਠੀਕ ਆਪਾਂ ਸਟਾਪ ਕਰ ਸਕਦੇ ਹਾਂ ਜਿਹੜੀ ਆਪਣੀ ਹੇਅਰਸ ਦੀ ਸਟਾਰਟਿੰਗ ਹੈਗੀ ਆ। ਠੀਕ ਆ ਠੀਕ ਆ, ਨਾਲੇ ਤਾਂ ਕੋਈ ਸਾਈਡ ਇਫੈਕਟ ਵੀ ਨਹੀਂਗਾ। ਹਾਂਜੀ ਇਹਨੂੰ ਅਪਲਾਈ ਜੜਾਂ 'ਚ ਕਰਨਾ ਹੈ? ਜਿੱਥੇ ਜਿੱਥੇ ਆਪਣੇ ਹੇਅਰ ਵਾਈਟ ਹੈਗੇ ਆ ਉੱਥੇ ਉੱਥੇ ਅਪਲਾਈ ਕਰਨਾ ਆਪਾਂ ਠੀਕ ਆ ਠੀਕ ਆ। ਸਾਰੇ ਹੇਅਰਸ ਤੇ ਨਹੀਂ ਲਗਾਉਣਾ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਹਲਕਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਣੀ ਪਾਵਾਂਗੇ ਨਹੀਂ ਤਾਂ ਫਿਰ ਜੇ ਆਪਾਂ ਜ਼ਿਆਦਾ ਇਹਨੂੰ ਪਤਲਾ ਕਰ ਲਾਂਗੇ ਤਾਂ ਇਹਨੇ ਅਸਰ ਨਹੀਂ ਹੋਣਾ। ਇਹ ਤਾਂ ਪੂਰੀ ਡਾਈ ਬਣ ਗਈ ਪਵਨ ਜਮਾਂ ਹੀ। ਹਾਂਜੀ ਆਪਾਂ ਅਪਲਾਈ ਕਰ ਲੈਣਾ ਇੱਥੇ। ਠੀਕ ਠੀਕ ਆ, ਹਾਂਜੀ ਤੇ ਕਿੰਨੇ ਟਾਈਮ ਚ ਅਸਰ ਕਰ ਦਿੰਦਾ ਬਈ?
ਇਹ ਘੱਟੋ ਘੱਟ ਆਪਾਂ ਨੂੰ ਘੰਟਾ ਡੇਢ ਤਾਂ ਆਪਾਂ ਨੂੰ ਰੱਖਣਾ, ਜਿੰਨਾ ਚਿਰ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹਨਾ, ਉਨਾ ਚਿਰ ਆਪਾਂ ਇਹਨਾਂ ਨੂੰ ਰੱਖਣਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਸੋ ਤੁਸੀਂ ਇਹ ਨੈਚੁਰਲ ਡਾਈ ਹੈ ਜਿਹੜੀ ਯੂਜ਼ ਕਰ ਸਕਦੇ ਹੋ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਤੇ ਫਿਰ ਅੱਗੇ ਵੀ ਆਪਾਂ ਜਿਹੜੀ ਨਿਊ ਟਿਪ ਲੈ ਕੇ ਆਵਾਂਗੇ ਜਿਹੜੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਊਗੀ। ਥੈਂਕ ਯੂ ਸੋ ਮੱਚ।